ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦਾ ਆਗਾਜ਼ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਜੋਂਸਨ ਐਂਡ ਜੋਂਸਨ ਦੀ ਸੀਮਸ ਸਪਲਾਈ ਅਗਲੇ ਹਫਤੇ ਤੋਂ ਬੀਸੀ ਚ ਹੋਵੇਗੀ ਉਪਲਬਧ ਸਿਹਤ ਸੰਭਾਲ ਕਰਮਚਾਰੀਆਂ ਨੂੰ ਮਿਲੇਗੀ ਫੈਲੀ ਡੋਸ ਅਮਰੀਕਾ ਤੋਂ ਕੈਨੇਡਾ ਆਉਂਦੇ ਵੇਲੇ ਪੀਸੀਆਰ ਟੈਸਟ ਤੋਂ ਘਬਰਾਏ ਲੋਕਾਂ ਦੇ ਲਈ ਸਲਾਹ ਇੱਕ ਬਲੌਗਰ ਨੇ ਮੁਫਤ ਟੈਸਟ ਕਰਾਉਣ ਦਾ ਲੱਭਿਆ ਹੱਲ ਸਪਿਰਟ ਆਫ ਵੈਨਕੂਵਰ ਆਈਲੈਂਡ ਦੇ ਵਿੱਚ ਗিয়ার ਬਾਕਸ ਸਮੱਸਿਆ ਚ ਲੱਗ ਸਕਦਾ ਹੈ ਸਮਾਂ BC ਫੈਰੀਜ਼ ਨੇ ਸਵੈਸਨ ਸ਼ਾਰਟ ਡੇ ਰੂਟ ਦੇ ਵਿੱਚ ਵੱਧੂ ਸਮੁੰਦਰੀ ਜਹਾਜ਼ ਰੋਕੇ ਖਬਰਾਂ ਵਿਸਾਰ ਦੇ ਨਾਲ ਜੌਨਸਨ ਐਂਡ ਜੌਨਸਨ ਵੈਕਸੀਨ ਦੀ ਡੋਜ਼ ਅਗਲੇ ਹਫਤੇ ਤੋਂ BC ਦੇ ਵਿੱਚ ਉਪਲਬਧ ਹੋਵੇਗੀ ਮਾਹਰ ਨੋਟ ਕਰਦੇ ਨੇ ਕਿ ਜੋ ਟੀਕਿਆਂ ਦੇ ਵਿਰੋਧ ਦੇ ਵਿੱਚ ਨੇ ਉਹ ਨਵੀਆਂ ਡੋਜ਼ਾਂ ਹੋਰ ਆਉਣ ਤੇ ਬੇਚੈਨ ਹੋ ਸਕਦੇ ਨੇ ਕਿਉਂਕਿ ਇਸ ਵੈਕਸੀਨ ਦੀ ਇਥੋਂ ਖੁਰਾਕ ਜਿਹੜੀ ਹੈ ਉਹ ਵਾਇਰਸ ਪ੍ਰਤੀ ਇਮਿਊਨਿਟੀ ਸਥਾਪਿਤ ਕਰਨ ਦੇ ਲਈ ਕਾਰਗਰ ਮੰਨੀ ਜਾ ਰਹੀ ਹੈ ਜਿਸ ਦੀ ਵਰਤੋਂ ਅਮਰੀਕਾ ਦੇ ਵਿੱਚ ਵੱਡੇ ਪੱਧਰ ਤੇ ਤਾਂ ਹੋ ਹੀ ਰਹੀ ਹੈ ਪੀ ਐਚਓ ਆਰਡਰ ਦੇ ਨਾਲ ਪ੍ਰਭਾਵਿਤ ਸਿਹਤ ਕਰਮਚਾਰੀਆਂ ਨੂੰ ਇਸ ਵੈਕਸੀਨ ਦੇ ਲਈ ਤਰਜੀ ਦਿੱਤੀ ਜਾਏਗੀ ਬੀਸੀ ਵਿੱਚ ਲੋਕਾਂ ਨੂੰ ਪ੍ਰਾਪਤ ਕਰਨ ਦੇ ਲਈ ਇੱਕ ਆਖਰੀ ਕੋਸ਼ਿਸ਼ ਹੈ ਜਿਨ੍ਹਾਂ ਨੂੰ ਹਾਲੇ ਵੀ ਕੋਵਿਡ-19 ਦੇ ਵਿਰੁੱਧ ਟੀਕਾਕਰਨ ਨਹੀਂ ਕੀਤਾ ਗਿਆ ਹੈ ਤਾਂ ਜੋ ਆਖਿਰਕਾਰ ਆਪਣੀਆਂ 슬ੀਵਜ਼ ਨੂੰ ਰੋਲ ਕੀਤਾ ਜਾ ਸਕੇ ਪਰ ਕਟੋਕਾਟੀਕ ਮਹਰ ਨੂੰ ਭਰੋਸਾ ਹੈ ਕਿ ਇਹ ਇੱਕ ਅਸਲ ਫਰਕ ਲਿਆਵੇਗਾ ਜான்ਸਨ ਐਂਡ ਜான்ਸਨ ਸ਼ਾਟ ਦੀ ਸੀਮਤ ਸਪਲਾਈ ਬੀਸੀ ਦੇ ਵਿੱਚ ਕੀਤੀ ਜਾਏਗੀ ਅਗਲੇ ਹਫਤੇ ਪ੍ਰੋਵਿੰਸ ਫੈਡਰਲ ਸਰਕਾਰ ਨੂੰ ਸਿੰਗਲ ਡੋਸ ਵੈਕਸੀਨ ਦਾ ਕੁਝ ਸਟਾਕ ਪ੍ਰਾਪਤ ਕਰਨ ਲਈ ਜ਼ੋਰ ਦੇ ਰਿਹਾ ਹੈ ਤਾਂ ਜੋ ਉਮੀਦ ਹੈ ਕਿ ਉਹਨਾਂ ਲੋਕਾਂ ਨੂੰ ਖੁਸ਼ ਕੀਤਾ ਜਾ ਸਕੇ ਜੋ ਅਜੇ ਵੀ ਫਾਈਜ਼ਰ ਤੇ ਮਡਰਨਾ ਵਰਗੇ ਐਮ ਆਰ ਐਨ ਏ ਸ਼ਾਰਟਸ ਬਾਰੇ ਚੇਜਕਦੇ ਨੇ ਹਾਲਾਂਕਿ ਯੂ ਬੀ ਸੀ ਵਿਖੇ ਛੂਤ ਦੀਆਂ ਬਿਮਾਰੀਆਂ ਦੇ ਡਿਵੀਜ਼ਨ ਦੇ ਵਿੱਚ ਇੱਕ ਕਲੀਨਿਕਲ ਸਹਾਇਕ ਓਰਾਸਿਓ ਬੌਕ ਦਾ ਕਹਿਣਾ ਹੈ ਕਿ ਉਹ ਹੈਰਾਨ ਹੋਣਗੇ ਜੇ ਅਸੀਂ ਜੌਨਸਨ ਐਂਡ ਜੌਨਸਨ ਦੇ ਆਉਣ ਦੇ ਨਾਲ ਟੀਕਾ ਕਰਨ ਦਰਾਂ ਦੇ ਵਿੱਚ ਇੱਕ ਵੱਡੀ ਤਬਦੀਲੀ ਵੇਖੀਏ ਇਹ ਅੰਦਾਜ਼ਾ ਲਗਾਉਣਾ ਔਖਾ ਹੈ ਕਿ ਇਹ ਫਰਕ ਹੈ ਕਿ ਜੌਨਸਨ ਐਂਡ ਜੌਨਸਨ ਦੋ ਖੁਰਾਕਾਂ ਦੀ ਤੁਲਨਾ ਦੇ ਵਿੱਚ ਇੱਕ ਖੁਰਾਕ ਹੈ ਇਸ ਲਈ ਹੋ ਸਕਦਾ ਹੈ ਕਿ ਕੁਝ ਲੋਕ ਜੋ ਟੀਕਾ ਨਹੀਂ ਲਗਾਉਣਾ ਚਾਹੁੰਦੇ ਜਾਂ ਕਿਸੇ ਹੋਰ ਕਾਰਨਾਂ ਕਰਕੇ ਪਸੰਦ ਨਹੀਂ ਕਰਦੇ ਜਾਂ ਉਹਨਾਂ ਨੂੰ ਸੂਈਆਂ ਦਾ ਡਰ ਹੈ ਇਸ ਲਈ ਹੋ ਸਕਦਾ ਹੈ ਕਿ ਉਹ ਵੈਕਸੀਨ ਲੈਣ ਲਈ ਵਧੇਰੇ ਸੰਭਾਵਤ ਹੋਣਗੇ ਪਰ ਅਖੀਰ ਦੇ ਵਿੱਚ ਉਹਨਾਂ ਨੇ ਨੋਟ ਕੀਤਾ ਹੈ ਕਿ ਇਹ ਅਜੇ ਵੀ ਇੱਕ ਟੀਕਾ ਹੈ ਤੇ ਜੇ ਤੁਸੀਂ ਟੀਕਿਆਂ ਦੇ ਵਿਰੋਧ ਹੋ ਤਾਂ ਇਹ ਸੰਭਾਵਨਾ ਨਹੀਂ ਹੈ ਕਿ ਤੁਸੀਂ ਪਰਵਾਹ ਕੀਤੇ ਬਿਨਾ ਆਪਣਾ ਮਨ ਬਦਲੋਗੇ ਹੈਲਥ케ਅਰ ਵਰਕਰਾਂ ਨੂੰ ਪ੍ਰੋਵਿੰਸ਼ੀਅਲ ਹੈਲਥ ਆਰਡਰ ਦੁਆਰਾ ਤੇਬਰ ਦੇਖਭਾਲ, ਲੰਬੇ ਸਮੇਂ ਦੀ ਦੇਖਭਾਲ ਤੇ ਸਹਾਇਕ ਜੀਵਨ ਦੇ ਵਿੱਚ ਕੰਮ ਕਰਨ ਲਈ ਟੀਕਾ ਕਰਨ ਦੀ ਲੋੜ ਹੁੰਦੀ ਹੈ। ਉਹਨਾਂ ਕੋਲ 26 ਅਕਤੂਬਰ ਤੱਕ ਦਾ ਸਮਾਂ ਸੀ ਜਿਨ੍ਹਾਂ ਨੂੰ ਛੁੱਟੀ ਤੇ ਨਹੀਂ ਰੱਖਿਆ ਗਿਆ ਸੀ। ਉਹ ਲੋਕ ਜਿਹੜੇ ਇੱਧਰ ਉੱਧਰ ਜਾਣ ਦੇ ਉਤਾਵਲੇ ਨੇ ਉਹਨਾਂ ਨੂੰ ਆਪਣੀ ਪਹਿਲੀ ਖੁਰਾਕ ਲੈਣ ਲਈ ਨਵੰਬਰ ਤੱਕ ਦਾ ਸਮਾਂ ਹੁੰਦਾ ਹੈ। ਜான்ਸਨ ਐਂਡ ਜான்ਸਨ ਸ਼ਾਟ ਇਹਨਾਂ ਲੋਕਾਂ ਨੂੰ ਇੱਕ ਦੂਜੇ ਦੇ ਨਾਲ ਕੰਮ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਉਹ ਟੀਕਿਆਂ ਦੀ ਮਹੱਤਤਾ ਤੇ ਜ਼ੋਰ ਦਿੰਦੇ ਨੇ ਖਾਸ ਕਰਕੇ ਉਦੋਂ ਜੋ ਸਭ ਤੋਂ ਕਮਜ਼ੋਰ ਲੋਕਾਂ ਦੀ ਰੱਖਿਆ ਦੀ ਗੱਲ ਆਉਂਦੀ ਪਰੋਵਿੰਸ਼ੀਅਲ ਹੈਲਥ ਅਫਸਰ ਡਾਕਟਰ ਬੋਨੀ ਹੈਂਡਰੀ ਨੇ ਸੁਝਾਦਿੰਦੇ ਕਿਹਾ ਹੈ ਕਿ ਹਜ਼ਾਰਾਂ ਦੇ ਜੋੜੇ ਨੇ ਜான்ਸਨ ਐਂਡ ਜான்ਸਨ ਸ਼ਾਟ ਪ੍ਰਾਪਤ ਕਰਨ ਦੀ ਉਮੀਦ ਦੇ ਵਿੱਚ ਉਸ ਦੇ ਕੋਲ ਪਹੁੰਚ ਕੀਤੀ ਹੈ ਇਹ ਕਹਿੰਦੇ ਹੋਏ ਕਿ ਇੱਕ ਡੋਜ਼ ਵੈਕਸੀਨ ਦੀ ਉਹ ਜੋ ਲੈਣ ਲਈ ਤਿਆਰ ਨਹੀਂ ਜான்ਸਨ ਐਂਡ ਜான்ਸਨ ਮਡਰਨਾ ਦੇ ਉਲਟ ਵਧੇਰੇ ਰਵਾਇਤੀ ਵਾਇਰਲ ਫੈਕਟਰ ਟੈਕਨੋਲੋਜੀ ਦੀ ਵਰਤੋਂ ਕਰਦੀ ਹੈ ਜੋ ਕਿ ਕੁਝ ਲੋਕਾਂ ਲਈ ਵਧੇਰੇ ਆਕਰਸ਼ਕ ਜਾਪਦੀ ਹੈ ਇਸ ਲਈ ਐਸਟਾਜ਼ੈਨਿਕਾ ਵਰਗੀ ਵੈਕਸੀਨ ਦੀ ਉਹ ਸ਼੍ਰੇਣੀ ਜਾਂ ਕਿਸਮ ਹੈ ਪਰ ਅਜਮਾਇਸ਼ ਨੂੰ ਸਿੰਗਲ ਡੋਸ ਵੈਕਸੀਨ ਵਜੋਂ ਤਿਆਰ ਕੀਤਾ ਗਿਆ ਸੀ ਇਸ ਲਈ ਇਹ ਯੂਐਸ ਦੇ ਵਿੱਚ ਇੱਕ ਸਿੰਗਲ ਡੋਸ ਵੈਕਸੀਨ ਵਜੋਂ ਵਿਆਪਕ ਤੌਰ ਤੇ ਵਰਤਿਆ ਗਿਆ ਹੈ ਤੇ ਇਸ ਦੀ ਚੰਗੀ ਮਜ਼ਬੂਤ ਸੁਰੱਖਿਆ ਹੈ ਜੋ ਕਿ ਸਮੇਂ ਦੇ ਨਾਲ ਐਸਟਾਜ਼ੈਨਿਕਾ ਦੀਆਂ ਦੋ ਖੁਰਾਕਾਂ ਦੇ ਬਰਾਬਰ ਹੈ ਇਹ ਕਹਿਣ ਤੋਂ ਬਾਅਦ ਯੂਐਸ ਦੇ ਵਿੱਚ ਜੌਨਸਨ ਐਂਡ ਜੌਨਸਨ ਨੂੰ ਬੂਸਟਰ ਖੁਰਾਕਾਂ ਦੇ ਵੱਜੋਂ ਦੂਜੀ ਖੁਰਾਕ ਵੱਜੋਂ ਮਨਜ਼ੂਰੀ ਮਿਲੀ ਹੈ ਤੇ ਯੂਐਸ ਸੀਡੀਸੀ ਦੁਆਰਾ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਜਿਨ੍ਹਾਂ ਲੋਕਾਂ ਨੂੰ ਜੌਨਸਨ ਐਂਡ ਜੌਨਸਨ ਮਿਲੀ ਹੈ ਉਹ 6 ਮਹੀਨਿਆਂ ਬਾਅਦ ਬੂਸਟਰ ਡੋਜ਼ ਦੀ ਦੂਜੀ ਖੁਰਾਕ ਲੈਣ ਪਰ ਉਹਨਾਂ ਅਜੇ ਤੱਕ ਕੈਨੇਡਾ ਦੇ ਵਿੱਚ ਇਸ ਲਈ ਅਪਲਾਈ ਨਹੀਂ ਕੀਤਾ ਹੈ ਹੈਨਰੀ ਨੇ ਨੋਟ ਕੀਤਾ ਹੈ ਕਿ ਅਗਲੇ ਮਹੀਨਿਆਂ ਦੇ ਵਿੱਚ ਹੋਰ ਵਿਕਲਪ ਆਉਣ ਦੀ ਸੰਭਾਵਨਾ ਹੈ ਤੇ ਨੋਵਾ ਵੈਕਸ ਵੱਲ ਇਸ਼ਾਰਾ ਕਰਦੇ ਕਿਹਾ ਹੈ ਕਿ ਇੱਕ ਵਧੇਰੇ ਪਰੰਪਰਾਗਤ ਪ੍ਰੋਟੀਨ ਸਬ ਯੂਨਿਟ ਟਾਈਪ ਵੈਕਸੀਨ ਜਿਸ ਦੀ ਉਸ ਨੂੰ ਉਮੀਦ ਹੈ ਕਿ 2022 ਵਿੱਚ ਕਿਸੇ ਸਮੇਂ ਉਪਲਬਧ ਹੋਵੇਗਾ ਹਾਲਾਂਕਿ ਕਿਸੇ ਸਮਾਂ ਰੇਖਾ ਦੀ ਪੁਸ਼ਟੀ ਹਜੇ ਨਹੀਂ ਕੀਤੀ ਗਈ ਹੈ ਬੀਸੀ ਦੀ ਕੋਵਿਡ-19 ਕੇਸਾਂ ਦੀ ਗਿਣਤੀ ਸਥਿਰ ਬਣੀ ਹੋਈ ਹੈ ਮੰਗਲਵਾਰ ਨੂੰ 500 ਨਵੀਆਂ ਲਾਗਾ ਦੀ ਰਿਪੋਰਟ ਦਰਜ ਕੀਤੀ ਗਈ ਹੈ ਇਸ ਦਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਉਹ ਘਰ ਵਾਪਸੀ ਯਾਨੀ ਕੈਨੇਡਾ ਵਾਪਸੀ ਸਮੇਂ ਮਹਿੰਗੇ ਕੋਵਿ-19 ਪੀਸੀਆਰ ਟੈਸਟ ਕਾਰਨ ਅਮਰੀਕਾ ਦੀ ਯਾਤਰਾ ਨਹੀਂ ਕਰ پا ਰਹੇ ਇੱਕ ਟ੍ਰੈਵਲ ਬਲੌਗਰ ਦਾ ਕਹਿਣਾ ਹੈ ਕਿ ਉਸਨੇ ਨਿੱਜੀ ਤੌਰ ਤੇ ਅਮਰੀਕਾ ਦੇ ਵਿੱਚ ਕਈ ਮੁਫਤ ਟੈਸਟ ਕੀਤੇ ਨੇ ਤੇ ਉਹ ਦੂਜਿਆਂ ਦੇ ਨਾਲ ਆਪਣੀ ਸਲਾਹ ਸਾਂਝੀ ਕਰ ਰਿਹਾ ਹੈ ਜਿਵੇਂ ਕਿ ਬਹੁਤ ਸਾਰੇ ਕੈਨੇਡੀਅਨ ਸਰਕਾਰ ਨੂੰ ਆਪਣੀ ਮਹਿੰਗੀ ਕੋਵਿਡ-19 ਟੈਸਟਿੰਗ ਲੋੜ ਨੂੰ ਚੁੱਕਣ ਦੇ ਲਈ ਕਹਿੰਦੇ ਨੇ ਕੈਨੇਡੀਅਨ ਲੌਗਰ ਦਾ ਇਹ ਕਹਿਣਾ ਹੈ ਕਿ ਉਸ ਨੇ ਮੁਫਤ ਟੈਸਟ ਦਾ ਤਰੀਕਾ ਪਾ ਲਿਆ ਮੌਜੂਦਾ ਸਮੇਂ ਵਿੱਚ ਕੈਨੇਡਾ ਨੂੰ ਇੱਕ ਨੈਗੇਟਿਵ ਮੋਲੀਕੂਲਰ ਟੈਸਟ ਦੀ ਲੋੜ ਹੁੰਦੀ ਹੈ ਜਿਸ ਦੀ ਕੀਮਤ 200 ਡਾਲਰ ਤੱਕ ਹੋ ਸਕਦੀ ਹੈ ਪਰ ਇਹ ਰਿਪੋਰਟ ਸੁਣ ਲੈਣਾ ਸ਼ਾਇਦ ਇਹ ਤੁਹਾਡੀ ਮਦਦ ਕਰ ਸਕੇ ਜਿਵੇਂ ਕਿ ਬਹੁਤ ਸਾਰੇ ਕੈਨੇਡੀਅਨ ਸਰਕਾਰ ਨੂੰ ਆਪਣੀ ਮਹਿੰਗੀ ਕੋਵਿਡ-19 ਟੈਸਟਿੰਗ ਲੋੜ ਨੂੰ ਚੁੱਕਣ ਲਈ ਕਹਿੰਦੇ ਨੇ ਇੱਕ ਕੈਨੇਡੀਅਨ ਟ੍ਰੈਵਲ ਬਲੌਗਰ ਦਾ ਇਹ ਕਹਿਣਾ ਹੈ ਕਿ ਉਸਨੇ ਮੁਫਤ ਵਿੱਚ ਟੈਸਟ ਕਰਾਉਣ ਦਾ ਇੱਕ ਤਰੀਕਾ ਲੱਭ ਲਿਆ ਹੈ ਮੌਜੂਦਾ ਸਮੇਂ ਦੇ ਵਿੱਚ ਕੈਨੇਡਾ ਨੂੰ ਇੱਕ ਨੈਗੇਟਿਵ ਮੋਲੀਕੂਲਰ ਟੈਸਟ ਦੀ ਲੋੜ ਹੁੰਦੀ ਹੈ ਅਕਸਰ ਇੱਕ ਪੀਸੀਆਰ ਟੈਸਟ ਦੇ ਰੂਪ ਦੇ ਵਿੱਚ ਜਿਸ ਦੀ ਕੀਮਤ 200 ਡਾਲਰ ਤੱਕ ਹੋ ਸਕਦੀ ਹੈ ਫਲਾਈ trippers.com ਦਾ ਸੰਚਾਲਨ ਕਰਨ ਵਾਲੇ ਐਂਡਰਿਓ ਗਿਓਮਰਸ ਦਾ ਕਹਿਣਾ ਹੈ ਕਿ ਉਹ ਪਿਛਲੇ ਹਫਤੇ ਸਮੇਤ ਇਸ ਸਾਲ ਤਿੰਨ ਵਾਰ ਅਮਰੀਕਾ ਗਏ ਨੇ ਤੇ ਹਰ ਵਾਰ ਬਿਨਾਂ ਕਿਸੇ ਖਰਚੇ ਦੇ ਕੈਨੇਡਾ ਵਾਪਸ ਆਏ ਨੇ ਉਸ ਦਾ ਕਹਿਣਾ ਹੈ ਕਿ ਉਹ ਮੋਲੀਕਿਊਲਰ ਰੈਪਿਡ ਡਾਇਗਨੋਸਿਸ ਟੈਸਟ ਆਈਡੀ ਹੁਣੇ ਕਰਵਾ ਰਿਹਾ ਹੈ ਤੇ ਲਗਭਗ 1 ਘੰਟੇ ਦੇ ਵਿੱਚ ਉਸ ਦੇ ਨਤੀਜੇ ਵੀ ਵਾਪਸ ਮਿਲ ਜਾਣਗੇ ਇਹ ਟੈਸਟ ਪੀਸੀਆਰ ਟੈਸਟ ਨਾਲੋਂ ਵੱਖਰਾ ਹੈ ਪਰ ਫਿਰ ਵੀ ਕੈਨੇਡਾ ਦੇ ਵਿੱਚ ਇਸ ਨੂੰ ਨਿਊਕਲੀਕ ਐਸਿਡ ਐਂਪਲੀਫਿਕੇਸ਼ਨ ਟੈਸਟ ਜੋ ਸਵੀਕਾਰ ਕੀਤੇ ਮੋਲੀਕੂਲਰ ਟੈਸਟਾਂ ਦੀ ਸੂਚੀ ਵਿੱਚ ਸਵੀਕਾਰ ਕੀਤਾ ਜਾਂਦਾ ਹੈ ਉਹਨਾਂ ਕਿਹਾ ਕਿ ਇੱਥੇ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਟੈਸਟ ਮੁਫਤ ਕੀਤੇ ਜਾਂਦੇ ਨੇ ਉਹਨਾਂ ਵਿੱਚੋਂ ਵੋਲਗਿੰਸ ਹੈ ਜੋ ਕਿ ਵਾਸ਼ਿੰਗਟਨ ਰਾਜ ਦੇ ਵਿੱਚ ਇੱਕ ਦਰਜਨ ਤੋਂ ਵੱਧ ਸਮੇਤ ਪੂਰੇ ਅਮਰੀਕਾ ਦੇ ਵਿੱਚ ਸਥਾਨਾਂ ਵਾਲੀ ਇੱਕ ਪ੍ਰਮੁੱਖ ਫਾਰਮੇਸੀ ਵਾਲਗ੍ਰੀਨਸ ਉਹਨਾਂ ਸਥਾਨਾਂ ਵਿੱਚੋਂ ਇੱਕ ਹੈ ਜਿੱਥੇ ਡੀ ਅਮੋਰਸਾ ਕਹਿਣਾ ਹੈ ਕਿ ਉਹ ਇੱਕ ਮੁਫਤ ਟੈਸਟ ਕਰਾਉਣ ਦੇ ਯੋਗ ਹੋ ਗਿਆ ਜਿਸ ਨੂੰ ਉਹ ਫਿਰ ਹਰ ਹਰ ਵਾਰ ਹਵਾਈ ਦੁਆਰਾ ਕਯੂਬਿਕ ਵਾਪਸ ਜਿਹੜਾ ਉਹ ਘਰ ਵਾਪਸ ਆ ਜਾਂਦਾ ਹੈ ਇਹ ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਹੈਰਾਨੀਜਨਕ ਹੈ ਪਰ ਇਹ ਆਮ ਤੌਰ ਤੇ ਯਾਤਰਾ ਦੇ ਸੁਝਾਵਾਂ ਦਾ ਇੱਕ ਵਧੀਆ ਤੇ ਸੌਖਾ ਤਰੀਕਾ ਜੇ ਤੁਸੀਂ ਇਹਨਾਂ ਸੁਝਾਵਾਂ ਬਾਰੇ ਨਹੀਂ ਜਾਣਦੇ ਹੋ ਤਾਂ ਤੁਸੀਂ ਸੋਚਦੇ ਹੋ ਕਿ ਜੋ ਵੀ ਕੀਮਤ ਅਸਲ ਦੇ ਵਿੱਚ ਆਮ ਹੈ ਉਸ ਦਾ ਭੁਗਤਾਨ ਕਰਨਾ ਹੈ ਵਾਲਗ੍ਰੀਨਸ ਦੀ ਵੈਬਸਾਈਟ ਕਹਿੰਦੀ ਹੈ ਕਿ ਇਹ 3 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਮੁਫਤ ਡਰਾਈਵ-ਥਰੂ ਕੋਵਿਡ ਟੈਸਟਿੰਗ ਕਰਦੀ ਹੈ ਉਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਇੱਕ ਵੈੱਟ ਸਟੇਟ ਆਈਡੀ ਤੇ ਇੱਕ ਬੀਮਾ ਕਾਰਡ ਜਾਂ ਫਿਰ ਵਰਚੁਅਲ ਦਿਖਾਉਣ ਦਾ ਦਿਖਾਉਣ ਲੈ ਕੇ ਆ ਜਾਏਗਾ ਵਾਲਗ੍ਰੀਨ ਮੁਫਤ ਪੀਸੀਆ ਟੈਸਟਾਂ ਦੀ ਪੇਸ਼ਕਸ਼ ਵੀ ਕਰਦੇ ਨੇ ਪਰ ਡੀਐਮਓਸ ਦਾ ਕਹਿਣਾ ਹੈ ਕਿ ਉਸ ਨੂੰ ਉਹ ਨਹੀਂ ਮਿਲ ਰਹੇ ਕਿਉਂਕਿ ਨਤੀਜੇ ਦੇ ਸਮੇਂ ਕੋ ਵਕਰੇ ਹੋ ਸਕਦੇ ਨੇ ਤੇ ਉਹ ਇਸ ਨੂੰ ਜੋਖਮ ਦੇ ਵਿੱਚ ਨਹੀਂ ਲੈਣਾ ਚਾਹੁੰਦੇ ਡਾਇਮਰਸ ਦਾ ਕਹਿਣਾ ਹੈ ਕਿ ਉਸਨੇ ਲਏ ਗਏ ਸਾਰੇ ਟੈਸਟਾਂ ਵਿੱਚੋਂ ਇੱਕ ਵਾਰ ਉਸ ਨੂੰ ਆਈਡੀ ਲਈ ਕਿਹਾ ਗਿਆ ਸੀ ਉਸ ਦਾ ਕਹਿਣਾ ਹੈ ਕਿ ਬਹੁਤ ਸਾਰੇ ਕੈਨੇਡੀਅਨਾਂ ਨੇ ਉਸ ਨੂੰ ਦੱਸਿਆ ਕਿ ਉਹਨਾਂ ਨੂੰ ਇਸ ਵਿਧੀ ਨਾਲ ਸਫਲਤਾ ਵੀ ਮਿਲੀ ਹੈ ਤੇ ਉਹਨਾਂ ਨੂੰ ਕੁਝ ਵੀ ਸਾਬਤ ਕਰਨ ਲਈ ਨਹੀਂ ਕਿਹਾ ਗਿਆ ਉਹਨਾਂ ਕਹਿੰਦੇ ਇਹ ਕੋਈ ਸੌਖਾ ਨਹੀਂ ਹੋ ਸਕਦਾ ਪਰ ਚੇਤਾਵਨੀ ਦਿੰਦਾ ਹੈ ਕਿ ਸਮੇਂ ਤੋਂ ਪਹਿਲਾਂ ਬੁੱਕ ਕਰਨਾ ਮਹੱਤਵਪੂਰਨ ਹੈ। ਉਹ ਮੈਨੂੰ ਸਵਾਲ ਪੁੱਛਦੇ ਨੇ ਮੇਰੇ ਕੇਸ ਦੇ ਵਿੱਚ ਉਹਨਾਂ ਨੇ ਮੈਨੂੰ ਪੁੱਛਿਆ ਕਿ ਮੈਂ ਪਿਛਲੇ 14 ਦਿਨਾਂ ਵਿੱਚ ਅਮਰੀਕਾ ਤੋਂ ਬਾਹਰ ਸੀ ਜੋ ਕਿ ਕੇਸ ਸੀ ਕਿਉਂਕਿ ਮੈਂ ਕੈਨੇਡਾ ਤੋਂ ਆਇਆ ਹਾਂ ਸੀ। ਹਾਂ ਤੇ ਕਲਿੱਕ ਕਰਕੇ ਉਹ ਤੁਹਾਨੂੰ ਇੱਕ ਮੁਲਾਕਾਤ ਦਿੰਦੇ ਨੇ। ਯਾਨੀ ਇਹ ਅਪਾਇੰਟਮੈਂਟ ਬਣਾਉਂਦੇ ਨੇ ਤੇ ਇਹ ਪੂਰੀ ਤਰ੍ਹਾਂ ਮੁਫਤ ਹੈ। ਉਹਨਾਂ ਨੂੰ ਅਮਰੀਕਾ ਦੇ ਪਤੇ ਦੀ ਲੋੜ ਹੁੰਦੀ ਹੈ ਇਸ ਲਈ ਮੂਲ ਰੂਪ ਦੇ ਵਿੱਚ ਮੈਂ ਸਿਰਫ ਆਪਣਾ ਹੋਟਲ ਦਾ ਪਤਾ ਦਿੱਤਾ ਸੀ। ਉਹ ਕਹਿੰਦਾ ਹੈ ਕਿ ਤੁਸੀਂ ਫਿਰ ਕਹਿ ਸਕਦੇ ਹੋ ਕਿ ਤੁਹਾਡੇ ਕੋਲ ਬੀਮਾ ਨਹੀਂ ਹੈ ਜੋ ਤੁਹਾਡੇ ਕੈਨੇਡੀਅਨ ਬੀਮਾ ਕੰਪਨੀ ਨੂੰ ਬਿੱਲ ਦੇਣ ਦੀ ਬਜਾਏ ਯੂਐਸ ਸਰਕਾਰ ਨੂੰ ਬਿੱਲ ਦਿੰਦਾ ਹੈ। ਪਰ ਉਹ ਸਾਵਧਾਨੀ ਰੱਖਦੇ ਨੇ ਕਿ ਚੀਜ਼ਾਂ ਬਦਲ ਸਕਦੀਆਂ ਨੇ ਤੇ ਹਰ ਫਾਰਮੇਸੀ ਜਾਂ ਕਲੀਨਿਕ ਮੁਫਤ ਟੈਸਟਿੰਗ ਦੀ ਪੇਸ਼ਕਸ਼ ਨਹੀਂ ਕਰ ਰਿਹਾ ਹੈ। ਇਹ ਇਸ ਤਰ੍ਹਾਂ ਨਹੀਂ ਹੈ ਕਿ ਇਹ ਮੁਫਤ ਟੈਸਟ ਕਰਾਉਣਾ ਇੱਕ ਗਾਰੰਟੀ ਸ਼ੁਦਾ ਅਧਿਕਾਰ ਹੈ ਜੇ ਬਹੁਤ ਸਾਰੇ ਕੈਨੇਡੀਅਨ ਜ਼ਮੀਨੀ ਸਰਹੱ ਕਰ ਰਹੇ ਨੇ ਉਦਾਹਰਨ ਦੇ ਲਈ ਹੁਣ ਜਦੋਂ ਇਹ ਖੁੱਲਾ ਹੈ ਤਾਂ ਹੋ ਸਕਦਾ ਹੈ ਕਿ ਕੁਝ ਵੋਲਗ੍ਰੀਨ ਇਹ ਫੈਸਲਾ ਕਰਨਗੇ ਕਿ ਅਸੀਂ ਸੱਚਮੁੱਚ ਯੂਐਸ ਪ੍ਰਮਾਨ ਦੀ ਮੰਗ ਕਰਨ ਜਾ ਰਹੇ ਹਾਂ ਉਹ ਆਪਣੇ ਖੁਦ ਦੇ ਨਿਯਮ ਬਣਾ ਸਕਦੇ ਨੇ ਡੀਮਰਸ ਅਜੇ ਲੈਂਡ ਜ਼ਰੀਏ ਅਮਰੀਕਾ ਨਹੀਂ ਗਿਆ ਪਰ ਉਸ ਨੂੰ ਯਕੀਨ ਹੈ ਕਿ ਸੁਖਾਲਾ ਹੋਵੇਗਾ ਅਸੀਂ ਟਿੱਪਣੀ ਲਈ ਵੋਲਗ੍ਰੀਨਸ ਤੱਕ ਪਹੁੰਚ ਗਏ ਹਾਂ ਪਿਛਲੇ ਹਫਤੇ ਕੈਨੇਡਾ ਦੇ ਮੁੱਖ ਜਨਤਕ ਸਿਹਤ ਅਧਿਕਾਰੀ ਡਾਕਟਰ థੈਰਸਾ ਟੈਮ ਨੇ ਕਿਹਾ ਹੈ ਕਿ ਟੈਸਟਿੰਗ ਦੀ ਜ਼ਰੂਰਤ ਨੂੰ ਦੇਖਿਆ ਜਾ ਰਿਹਾ ਹੈ ਪਰ ਅਜੇ ਤੱਕ ਇਸ ਲਈ ਕੋਈ ਕਦਮ ਚੁੱਕਿਆ ਨਹੀਂ ਗਿਆ ਹੈ ਨਿਊਜ਼ ਟੈਸਟ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਨੈਨੋਜ਼ ਦੇ ਰਿਸਰਚ ਦੇ ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਦੇ ਅਨੁਸਾਰ 2/3 ਕੈਨੇਡੀਅਨਸ ਦਾ ਇਹ ਕਹਿਣਾ ਹੈ ਕਿ ਫੈਡਰਲ ਸਰਕਾਰ ਦੇ ਮਹਾਮਾਰੀ ਦੇ ਨਾਲ ਸੰਬੰਧਿਤ ਬੈਨੀਫਿਟਸ ਯਾ ਤਾਂ ਕੱਟ ਕਰ ਦਿੱਤੇ ਜਾਣੇ ਚਾਹੀਦੇ ਨੇ ਤੇ ਯਾ ਪੂਰੀ ਤਰ੍ਹਾਂ ਖਤਮ ਕੀਤੇ ਜਾਣੇ ਚਾਹੀਦੇ ਨੇ ਸਰਵੇਖਣ ਦੇ ਨਤੀਜਿਆਂ ਦੇ ਮੁਤਾਬਕ ਤਾਂ 36% ਦੀ ਜਿਹੜੇ ਕੈਨੇਡੀਅਨਸ ਹੈ ਉਹ ਤਾਂ ਇਹ ਕਹਿ ਰਹੇ ਨੇ ਕਿ ਮਹਾਮਾਰੀ ਦੇ ਦਰਮਿਆਨ ਕੈਨੇਡੀਅਨਜ਼ ਨੂੰ ਦਿੱਤੀ ਜਾ ਰਹੀ ਸਰਕਾਰੀ ਮਦਦ ਘਟਾ ਦਿੱਤੀ ਜਾਣੀ ਚਾਹੀਦੀ ਹੈ ਜਦਕਿ 31% ਦਾ ਮੰਨਣਾ ਹੈ ਕਿ ਇਸ ਨੂੰ ਖਤਮ ਕਰ ਦਿੱਤਾ ਜਾਣਾ ਚਾਹੀਦਾ ਹੈ 7% ਦਾ ਮੰਨਣਾ ਹੈ ਕਿ ਇਸ ਦੇ ਵਿੱਚ ਵਾਧਾ ਹੋਣਾ ਚਾਹੀਦਾ ਹੈ ਤੇ 21% ਦਾ ਇਹ ਮੰਨਣਾ ਹੈ ਕਿ ਇਸ ਨੂੰ ਮੌਜੂਦਾ ਪੱਧਰ ਦੇ ਉੱਤੇ ਹੀ ਚੱਲਦਾ ਰਹਿਣਾ ਚਾਹੀਦਾ ਹੈ 5% ਦੇ ਵੱਲੋਂ ਇਸ ਸਬੰਧ ਦੇ ਵਿੱਚ ਕੋਈ رائے ਨਹੀਂ ਪ੍ਰਗਟਾਈ ਗਈ ਪਗੌਲਿਕ ਤੌਰ ਦੇ ਉੱਤੇ ਜੇ ਗੱਲ ਕੀਤੀ ਜਾਵੇ ਤਾਂ ਇਸ ਸਰਵੇਖਣ ਦੇ ਵਿੱਚ ਹਿੱਸਾ ਲੈਣ ਵਾਲੇ ਅੰਟੇਰੀਓ ਦੀ ਸਿਵਾਸੀਆਂ ਦੇ ਵੱਲੋਂ ਇਸ ਸਰਕਾਰੀ امداد ਦੇ ਵਿੱਚ ਵਾਅਦਾ ਕੀਤੇ ਜਾਣ ਜਾਂ ਇਸ ਨੂੰ ਮੌਜੂਦਾ ਪੱਧਰ ਦੇ ਉੱਤੇ ਚੱਲਦਾ ਰੱਖਣ ਦੀ ਗੱਲ ਕੀਤੀ ਗਈ ਹੈ ਜਦਕਿ ਕਬੇਕ ਤੇ ਅਟਲਾਂਟਿਕ ਕੈਨੇਡਾ ਵਾਸੀਆਂ ਨੇ ਇਸ ਜਿਹੜੀ ਹੈ امداد ਨੂੰ ਘਟਾਉਣ ਜਾਂ ਖਤਮ ਕਰਨ ਦੀ ਗੱਲ ਆਖੀ ਹੈ 1 ਅਕਤੂਬਰ ਨੂੰ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੇ ਐਲਾਨ ਕੀਤਾ ਸੀ ਕਿ ਮੌਜੂਦਾ ਆਮਦਨ ਤੇ ਬਿਜ਼ਨਸ ਕੋਵਿਡ-19 ਬੈਨੀਫਿਟਸ ਖਤਮ ਕਰ ਦਿੱਤੇ ਜਾਣਗੇ ਤੇ ਉਹਨਾਂ ਦੀ ਥਾਂ ਦੇ ਉੱਤੇ ਜਿਹੜੇ ਨੇ ਉਹ ਟਾਰਗੇਟ ਦੇ ਹਿਸਾਬ ਦੇ ਨਾਲ ਅਜਿਹੇ ਪ੍ਰੋਗਰਾਮ ਚਲਾਏ ਜਾਣਗੇ ਇਸ ਤਬਦੀਲੀ ਦੇ ਉੱਤੇ ਸਰਕਾਰ ਦੇ ਵੱਲੋਂ 7.4 ਬਿਲੀਅਨ ਡਾਲਰ ਖਰਚ ਕੀਤੇ ਜਾਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ BC ਫੈਰੀਜ਼ ਅਗਲੇ ਕੁਝ ਦਿਨਾਂ ਦੇ ਵਿੱਚ ਵਾਧੂ ਸਮੁੰਦਰੀ ਜਹਾਜ਼ਾਂ ਨੂੰ ਜੋੜਨ ਜਾ ਰਹੇ ਸਨ ਪਰ ਹੁਣ ਇੱਕ ਮਕੈਨੀਕਲ ਸਮੱਸਿਆ ਦੇ ਕਾਰਨ ਯੋਜਨਾਵਾਂ ਨੂੰ ਪਿੱਛੇ ਛੱਡ ਰਹੇ ਨੇ ਸੋ ਐਸਨ ਸਵਾਟਸ ਬੇ ਰੂਟ ਲਈ ਵਾਧੂ ਜਹਾਜ਼ਾਂ ਦਾ ਜਿਹੜਾ ਕੰਮ ਹੈ ਉਹ ਚੱਲ ਰਿਹਾ ਸੀ ਕਿਉਂਕਿ ਬਹੁਤ ਸਾਰੇ ਲੋਕ ਸ਼ੁੱਕਰਵਾਰ ਨੂੰ ਛੁੱਟੀ ਲੈ ਰਹੇ ਨੇ ਕਿਉਂਕਿ ਵੀਰਵਾਰ ਨੂੰ ਰਿਮੈਂਬਰਸ ਡੇ ਦੀ ਛੁੱਟੀ ਹੁੰਦੀ ਹੈ ਪਰ BC ਫੈਰੀਜ਼ ਦੇ ਨਾਲ ਜਿਹੜੇ ਨੇ ਉਹ ਡਬੋਰਾ ਮਾਰਸ਼ਲ ਦਾ ਇਹ ਕਹਿਣਾ ਹੈ ਕਿ ਸਪਿਰਿਟ ਆਫ ਵਿੰਕੂਵਰ ਆਈਲੈਂਡ ਦੇ ਨਾਲ ਇੱਕ ਗিয়ার ਬਾਕਸ ਮੁੱਦੇ ਦਾ ਮਤਲਬ ਹੈ ਕਿ ਵਾਧੂ ਸਮੁੰਦਰੀ ਸਫ਼ਰ ਹੁਣ ਬਦ ਕੀਤੇ ਜਾ ਰਹੇ ਨੇ ਮਾਰਸ਼ਲ ਦੱਸਦੇ ਨੇ ਕਿ ਬਦਕਿਸਮਤੀ ਦੇ ਨਾਲ ਉਸ ਚੀਜ਼ ਨੂੰ ਠੀਕ ਕਰਨ ਦੇ ਲਈ ਉਹਨਾਂ ਨੇ ਥੋੜਾ ਸਮਾਂ ਲੈ ਲਿਆ ਜਿੰਨਾ ਅਸੀਂ ਅਸਲ ਦੇ ਵਿੱਚ ਅਨੁਮਾਨ ਲਗਾਇਆ ਸੀ ਇਸ ਲਈ ਅਸੀਂ ਅਜੇ ਅਜੇ ਤਾ ਅੱਜ ਤੇ ਕੱਲ ਦੇ ਵਿੱਚ ਤਾ ਇੱਕ ਵੱਖਰੇ ਜਹਾਜ਼ ਜਿਹੜੇ ਨੇ ਉਹ ਤੱਟਵਰਤੀ ਜਸ਼ਨ ਦੇ ਨਾਲ ਜਿਹੜੇ ਨੇ ਉਹ ਕੁਝ ਵਾਧੂ ਸੇਵਾ ਨਿਯੁਕਤ ਕੀਤੀ ਸੀ ਪਰ ਬਦਕਿਸਮਤੀ ਨਾਲ ਜਸ਼ਨ ਨੂੰ ਹੁਣ ਵੈਨਕੂਵਰ ਆਈਲੈਂਡ ਦੀ ਆਤਮਾ ਕਵਰ ਕਰਨਾ ਜਿਹੜਾ ਉਸ ਦੀ ਜਗ੍ਹਾ ਤੇ ਪੈ ਰਿਹਾ ਹੈ ਜੇਕਰ ਤੁਸੀਂ ਰੱਦ ਕੀਤੇ ਜਹਾਜ਼ਾਂ ਦੇ ਵਿੱਚੋਂ ਕਿਸੇ ਇੱਕ ਤੇ ਰਿਜ਼ਰਵੇਸ਼ਨ ਬੁਕਿੰਗ ਕੀਤੀ ਸੀ ਜਾਂ ਤੁਹਾਨੂੰ ਵਾਪਸ ਕਰ ਦਿੱਤਾ ਜਾਏਗਾ ਵੀਰਵਾਰ ਤੇ ਸ਼ੁੱਕਰਵਾਰ ਦੋਵਾਂ ਨੂੰ ਸ਼ਾਮ ਦੇ ਅੰਤ ਵਿੱਚ ਸਮੁੰਦਰੀ ਜਹਾਜ਼ਾਂ ਨੂੰ ਜੋੜਿਆ ਜਾਏਗਾ ਕਿਉਂਕਿ ਕੰਪਨੀ ਨੂੰ ਵਾਧੂ ਆਵਾਜਾਈ ਦੀ ਉਮੀਦ ਹੈ ਮਾਰਸ਼ਲ ਦਾ ਕਹਿਣਾ ਹੈ ਕਿ ਉਹ ਰਾਤ ਦੇ 11 ਵਜੇ ਜਿਹੜੇ ਉੱਥੇ ਮੌਜੂਦ ਹੋਣਗੇ ਤੇ ਸਵੇਰੇ 1 ਵਜੇ ਤੋਂ ਸਵੇਰ ਤੱਕ ਮੌਜੂਦ ਹੋਣਗੇ ਮਾਰਸ਼ਲ ਨੂੰ ਉਮੀਦ ਹੈ ਕਿ ਸਪਿਰਿਟ ਆਫ ਵੈਂਕੂਵਰ ਆਈਲੈਂਡ ਹਫਤੇ ਦੇ ਅਖੀਰਲੇ ਹਿੱਸੇ ਦੇ ਲਈ ਸੇਵਾ ਦੇ ਵਿੱਚ ਵਾਪਸ ਆ ਜਾਏਗਾ ਇਸ ਦੌਰਾਨ ਉਹ ਗਾਕਾ ਨੂੰ ਫੈਰੀ ਦੀਆਂ ਸਥਿਤੀਆਂ ਜਾਂਚ ਕਰਨ ਜਾਂ ਅਪਡੇਟ ਕੀਤੇ ਜਾਣ ਦੀ ਜਿਹੜੀ ਸਮਾਸਾਰਨੀ ਦੀ ਜਾਣਕਾਰੀ ਲਈ ਟਵਿੱਟਰ ਤੇ BC Ferries ਦੇ ਪਾਲਣਾ ਕਰਨ ਦਾ ਵੀ ਸੁਝਾਅ ਦਿੰਦੇ ਨੇ ਰੀਅਲ ਏਸਟੇਟ ਐਸੋਸੀਏਸ਼ਨ ਦੇ ਅਨੁਸਾਰ BC ਦੇ ਅਨੁਸਾਰ ਪ੍ਰੋਵਿੰਸ ਦੀ ਹਾਊਸਿੰਗ ਮਾਰਕੀਟ ਇਤਿਹਾਸਕ ਤੌਰ ਤੇ ਘਟ ਸਪਲਾਈ ਤੇ ਜਾ ਰਹੀ ਹੈ ਐਸੋਸੀਏਸ਼ਨ ਦੇ ਅਨੁਸਾਰ ਸਰਗਰਮ ਰਿਹਾਇਸ਼ੀ ਸੂਚੀਆਂ ਅਕਤੂਬਰ ਲੇ ਸਾਲ ਦਰ ਸਾਲ ਲਗਭਗ 40% ਢੇਠਾਂ ਸਨ 5 ਮਹੀਨਿਆਂ ਦੇ ਢੇਠਾਂ ਦੇ ਵਿੱਚ ਰੁਝਾਨ ਜਾਰੀ ਰੱਖਦੇ ਹੋਏ ਅਕਤੂਬਰ ਦੇ ਵਿੱਚ ਕੁੱਲ 9593 ਰਿਹਾਇਸ਼ੀ ਯੂਨਿਟਾਂ ਦੀ ਵਿਕਰੀ ਦਰਜ ਕੀਤੀ ਗਈ ਜੋ ਪਿਛਲੇ ਸਾਲ ਦੇ ਇਸੇ ਮਹੀਨੇ ਨਾਲੋਂ 13.7 ਫੀਸਦੀ ਦੀ ਗਿਰਾਵਟ ਤੇ ਦਰਜ ਕੀਤੀ ਗਈ ਹੈ ਜਦੋਂ ਕਿ ਔਸਤ ਕੀਮਤ 18.9 ਫੀਸਦੀ ਵੱਧ ਕੇ ਡਾਲਰ 9,64,777 ਹੋ ਗਈ ਹੈ ਜ਼ਿਆਦਾਤਰ BC ਦੇ ਵਿੱਚ ਯੂਨਿਟ ਦੀ ਵਿਕਰੀ ਘਟੀ ਹੈ ਸਭ ਤੋਂ ਵੱਡੀ ਗਿਰਾਵਟ ਵਿਕਟੋਰੀਆ ਦੇ ਵਿੱਚ 25.3 ਫੀਸਦੀ ਦਰਜ ਕੀਤੀ ਗਈ ਹੈ ਦੱਖਣੀ ਪੇਸ ਰਿਵਰ ਦੇ ਵਿੱਚ 22.9 ਫੀਸਦੀ ਵਾਧਾ ਹੋਇਆ ਹੈ ਵੈਂਕੂਵਰ ਆਇਲੈਂਡ ਦੇ ਸਬ ਤੋ ਵੱਡੇ ਉਛਾਲ ਦੇ ਨਾਲ ਦੱਖਣੀ ਪੀਸ ਰਿਵਰ ਖੇਤਰ ਨੂੰ ਛੱਡ ਕੇ ਹਰ ਜਗ੍ਹਾ ਕੀਮਤਾਂ ਵਧੀਆਂ ਨੇ ਜਿੱਥੇ ਉਹ 34.3% ਦੀ ਵਾਧ ਨੇ ਹਾਲਾਂਕਿ ਮੁੱਖ ਅਰਥਸ਼ਾਸਤਰੀ ਬ੍ਰੈਂਡਨ ਅਗਮੰਚਨ ਨੇ ਕਿਹਾ ਹੈ ਕਿ ਦੂਰੀ ਤੋਂ ਕੁਝ ਉਮੀਦ ਹੋ ਸਕਦੀ ਹੈ ਅਗਮੰਡਲ ਨੇ ਇਹ ਵੀ ਕਿਹਾ ਹੈ ਕਿ ਮਾਰਗੇਜ ਦੀਆਂ ਵਧ ਰਹੀਆਂ ਦਰਾਂ ਨੂੰ ਅਗਲੇ ਸਾਲ ਵਿਕਰੀ ਗਤੀਵਿਧੀ ਦੇ ਵਿੱਚ ਜਿਹੜਾ ਉਸ ਦੇ ਉੱਤੇ ਥੋੜਾ ਅਗਰੈਸਿਵ ਕਰਨਾ ਵੀ ਸ਼ੁਰੂ ਕਰ ਦੇਣਾ ਚਾਹੀਦਾ ਹੈ ਪਰ ਮੰਗ ਦੇ ਵਿੱਚ ਇਕ ਸਹਿਜ ਦੇ ਨਾਲ ਹੀ ਘਰਾਂ ਦੀ ਵਸਤੂ ਨੂੰ ਇੱਕ ਸਿਹਤਮੰਦ ਪੱਧਰ ਤੇ ਵਾਪਸ ਆਉਣ ਦੇ ਲਈ ਕੁਝ ਸਮਾਂ ਜ਼ਰੂਰ ਲੱਗੇਗਾ ਜਿਦਾ ਬਿਲਡਿੰਗ ਦੇ ਅਖੀਰ ਦੇ ਵਿੱਚ ਦੇਖਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਜਿਸ ਕਾਰਨ ਸੋ ਹੋਤਾ ਦੀ ਗੱਲ ਅੱਜ ਦੀ ਕੱਲ ਸਵੇਰੇ ਯਾਨੀ ਕਿ ਬੀਤੇ ਕੱਲ ਮੰਗਲਵਾਰ ਸਵੇਰੇ ਇੱਕ ਸਾਲ ਦੇ ਇੱਕ ਬੱਚੇ ਦਾ ਗੁੰਮ ਹੋਣਾ ਸਰੀ ਦੇ ਵਿੱਚੋਂ ਪ੍ਰਵਾਦ ਦੇ ਵਿੱਚ ਥੋੜੇ ਚਿਰ ਬਾਅਦ ਉਹਦਾ ਲੱਭ ਜਾਣਾ ਉਸ ਬੱਚੇ ਦੇ ਗੁੰਮ ਹੋਣ ਨੇ ਸਰੀ ਤੇ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਪੂਰੀ ਤਰ੍ਹਾਂ ਖਲਬਲੀ ਮਚਾ ਦਿੱਤੀ ਦੱਸਿਆ ਜਾ ਗਿਆ ਕਿ ਸਰੀ ਦੇ ਵਿੱਚ ਲਗਭਗ ਸਵੇਰੇ ਸਰੀ ਬੀਸੀ ਦੇ ਵਿੱਚ ਪੁਲਿਸ ਨੂੰ 8:35 ਵਜੇ ਸਵੇਰੇ ਉਹਨਾਂ ਨੂੰ ਇੱਕ ਰਿਪੋਰਟ ਆਉਂਦੀ ਹੈ ਇੱਕ ਕਾਲ ਆਉਂਦੀ ਹੈ ਕਿ ਵਹੀਕਲ ਜਿਹੜਾ ਇੱਕ ਗਵਾਚ ਗਿਆ ਤੇ ਉਹ ਕਲੋਵਰ ਡੇਲ ਏਰੀਆ ਦੇ ਵਿੱਚ ਤੇ ਵਹੀਕਲ ਦੇ ਵਿੱਚ ਇੱਕ ਬੈਕ ਸੀਟ ਦੇ ਉੱਤੇ ਇੱਕ ਸਾਲ ਦਾ ਬੱਚਾ ਸੀ ਪੁਲਿਸ ਕਹਿੰਦੇ ਕਿ ਵਹੀਕਲ ਜਿਹੜਾ ਇਹ ਪਾਰਕ ਕੀਤਾ ਸੀ ਘਰ ਦੇ ਬਾਹਰ ਚੱਲਦਾ ਛੱਡਿਆ ਸੀ ਸਟਾਰਟ ਸੀ ਰਨਿੰਗ ਸੀ ਡਰਾਈਵਵੇ ਦੇ ਵਿੱਚ ਕਿਸੇ ਦਾ ਕੁਛ ਘਰ ਭੁੱਲ ਗਿਆ ਤੇ ਘਰੋਂ ਚੱਕਣ ਗਏ ਬੱਚਾ 1 ਸਾਲ ਦਾ ਕਾਰ ਸੀਟ ਦੇ ਵਿੱਚ ਪਿਛਲੀ ਸੀਟ ਦੇ ਉੱਤੇ ਸੀ ਤੇ ਉਹਦੇ ਤੋਂ ਬਾਅਦ ਜਦੋਂ ਵਾਪਸ ਆਏ ਤੇ ਕੋਈ ਜਿਹੜਾ ਚੋਰ ਸੀਗਾ ਉਹ ਕਾਰ ਚੋਰੀ ਕਰਕੇ ਲੈ ਗਿਆ ਤੇ ਜਦੋਂ ਕਾਰ ਚੋਰੀ ਕਰਕੇ ਲੈ ਕੇ ਗਿਆ ਉਹ 1 ਸਾਲ ਦਾ ਜਿਹੜਾ ਬੱਚਾ ਵੀ ਉਹਨਾਂ ਦੇ ਉਹਦੇ ਚੋਰ ਦੇ ਨਾਲ ਹੀ ਚਲਿਆ ਗਿਆ ਗਲਤੀ ਘਰ ਵਾਲਿਆਂ ਦੀ ਸੀ ਜਾਂ ਕਿਹਦੀ ਸੀ ਉਹ ਭਾਵੇਂ ਕੁਝ ਸੈਕੰਡਸ ਦੇ ਲਈ ਜਾਂ ਕੁਝ ਮਿੰਟ ਦੇ ਲਈ ਆਪਣੇ ਘਰ ਦੇ ਵਿੱਚੋਂ ਕੋਈ ਭੁੱਲ ਗਈ ਚੀਜ਼ ਜਿਹੜੀ ਉਹਨੂੰ ਚੱਕਣ ਗਏ ਸੀ ਪਰ ਬੱਚਾ ਕਿਉਂਕਿ ਚਲਦੀ ਕਾਰ ਦੇ ਵਿੱਚ ਸੀ ਤੇ ਕਾਰ ਸਟਾਰਟ ਸੀ ਚੋਰ ਨੂੰ ਬਹੁਤੀ ਤਕਲੀਫ ਨਹੀਂ ਕਰਨੀ ਪਈ ਕਿ ਉਹ ਚਲਦੀ ਕਾਰ ਨੂੰ ਸਟਾਰਟ ਕਾਰ ਨੂੰ ਉੱਥੋਂ ਲੈ ਜਾਵੇ ਇਹਦੇ ਨਾਲ ਨਾਲ ਇਹ ਵੀ ਗੱਲ ਦੇਖਣ ਵਾਲੀ ਆ ਕਿ ਚੋਰ ਕਿੰਨੇ ਜ਼ਿਆਦਾ ਸਰਗਰਮ ਨੇ ਇੱਥੇ ਕਿ ਤੁਸੀਂ ਕੁਝ ਸੈਕੰਡਸ ਜਾਂ ਕੁਝ ਮਿੰਟ ਦੇ ਲਈ ਵੀ ਕਾਰ ਨੂੰ ਉੱਥੇ ਚੱਲਦੀ ਇਸ ਤਰੀਕੇ ਦੇ ਨਾਲ ਆਪਣੇ ਘਰ ਦੇ ਡਰਾਈਵ ਦੇ ਵਿੱਚ ਛੱਡ ਨਹੀਂ ਸਕਦੇ ਉਹਦੇ ਤੋਂ ਬਾਅਦ ਬਹੁਤ ਸਾਰੇ ਰਿਸੋਰਸਸ ਨੂੰ ਕਿਹਾ ਗਿਆ ਫਰੰਟ ਲਾਈਨ ਆਫੀਸਰਸ ਜਿਹੜੇ ਸੀਗੇ ਜਿਹੜੇ ਪਲੇਨ ਕਲੋਥਸ ਯੂਨਿਟਸ ਸੀਗੇ ਲੋਰ ਮੈਨਲੈਂਡ ਇੰਟੀਗ੍ਰੇਟਿਡ ਪਲੋਸ ਪੁਲਿਸ ਡੌਗ ਸਰਵਿਸਸ ਸਾਰਿਆਂ ਨੂੰ ਸਤਰਕ ਕਰ ਦਿੱਤਾ ਗਿਆ ਆ ਆਰਸੀਐਮਪੀ ਦੇ ਸਾਰੇ ਆਫੀਸਰ ਸਾਰੇ ਜਿਹੜੇ ਉਹਨੂੰ ਕਾਰ ਨੂੰ ਲੱਭਣ ਦੇ ਵਿੱਚ ਲੱਗੇ ਸੀ ਕਿਉਂਕਿ ਕਾਰ ਦੇ ਵਿੱਚ ਇੱਕ ਸਾਲ ਦਾ ਬੱਚਾ ਸੀ ਕਿਆ ਗਿਆ ਕਿ ਐmber ਅਲਰਟ ਜਿਹੜਾ ਜਾਰੀ ਕੀਤਾ ਗਿਆ ਇਹਦੇ ਬਾਰੇ ਵੀ ਆਪਾਂ ਬਾਅਦ ਵਿੱਚ ਗੱਲਬਾਤ ਕਰਦੇ ਹਾਂ ਕਿ ਜਾਰੀ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ ਕਿਉਂਕਿ ਬੱਚੇ ਦੀ ਉਮਰ ਬਹੁਤ ਥੋੜੀ ਸੀ ਇਸ ਕਰਕੇ ਐmber ਅਲਰਟ ਜਾਰੀ ਕੀਤਾ ਗਿਆ ਤੇ 9 ਵਜੇ ਕੇ 20 ਮਿੰਟ ਦੇ ਉੱਤੇ ਕੋਈ ਉੱਥੋਂ ਦੀ ਲੰਘ ਰਿਹਾ ਸੀ ਕਿਸੇ ਥਾਂ ਦੇ ਉੱਤੇ ਉਹਨੇ ਦੇਖਿਆ ਵੀ ਜਿਹੜੀ ਇਹ ਨੀਲੇ ਰੰਗ ਦੀ ਲੈਕਸਸ ਕਾਰ ਦੀ ਗੱਲਬਾਤ ਹਸਪਤਾਲ ਚੱਲ ਰਹੀ ਆ ਪੁਲਿਸ ਲੱਭ ਰਹੀ ਆ ਉਹ ਇਹੀ ਕਾਰ ਆ ਉਸ ਕਾਰ ਨੂੰ ਉੱਥੇ ਖੜੀ ਦੇਖਦਾ ਤੇ ਉਹਦੇ ਤੋਂ ਬਾਅਦ ਉਹ ਪੁਲਿਸ ਨੂੰ ਦੱਸਦਾ ਤੇ ਪੁਲਿਸ ਉਹ ਕਾਰ ਨੂੰ ਲੈ ਜਾਂਦੀ ਆ ਤੇ ਜਿਹਦੇ ਵਿੱਚ ਠੀਕ ਠਾਕ ਬੱਚਾ ਕਾਰ ਸੀਟ ਦੇ ਉੱਤੇ ਹੁੰਦਾ ਲੱਗਦਾ ਏਦਾਂ ਕਿ ਚੋਰ ਉੱਥੇ ਬਾਈ ਚਾਂਸ ਉਸ ਪਾਸੇ ਲੰਘ ਰਿਹਾ ਸੀ ਉਹਨੂੰ ਚਲਦੀ ਕਾਰ ਦਿਖੀ ਜਾਂ ਉਹ ਕਿਤੇ ਢੇੜਾ ਲਾ ਰਿਹਾ ਸੀ ਕਿ ਕਿਤੇ ਚਲਦੀ ਕਾਰ ਸਟਾਰਟ ਬਾਹਰ ਸਰਦੀਆਂ ਦੇ ਵਿੱਚ ਆਮ ਤੌਰ ਤੇ ਲੋਕ ਕਰਕੇ ਛੱਡ ਜਾਂਦੇ ਆ ਤੇ ਜਦੋਂ ਤੱਕ ਕਾਰ ਗਰਮ ਹੁੰਦੀ ਆ ਫੇਰ ਚਲੇ ਜਾਂਦੇ ਆ ਵੀ ਉਹਨੂੰ ਕਾਰਨੂੰ ਨੇ ਚੱਕ ਲਿਆ ਤੇ ਉਹਨੂੰ ਬਾਅਦ ਦੇ ਵਿੱਚ ਕਿਸੇ ਸਟੇਜ ਦੇ ਉੱਤੇ ਜਾ ਕੇ ਅਹਿਸਾਸ ਹੋਇਆ ਜਾਂ ਉਹਨੇ ਪਿੱਛੇ ਦੇਖਿਆ ਕਿ ਕਾਰ ਦੇ ਵਿੱਚ ਇੱਕ ਸਾਲ ਦਾ ਬੱਚਾ ਹੈ ਤੇ ਫੇਰ ਜੁਰਮ ਕਿਉਂਕਿ ਬਹੁਤ ਵੱਡਾ ਸੀ ਸ਼ਾਇਦ ਇਸ ਕਰਕੇ ਡਰ ਕੇ ਉਹ ਕਾਰ ਨੂੰ ਇੱਕ ਥਾਂ ਤੇ ਛੱਡ ਕੇ ਆਪ ਭੱਜ ਗਿਆ ਹਾਲਾਂਕਿ ਇਹਦੇ ਬਾਰੇ ਕੁਝ ਨਹੀਂ ਪਤਾ ਲੱਗਾ ਸਸਪੈਕਟ ਕੌਣ ਆ ਕ ਪੁਲਿਸ ਇਹਦੇ ਬਾਰੇ ਪਾਲ ਕਰ ਰਹੀ ਹੈ ਸੋ ਚੰਗੀ ਗੱਲ ਜਿਹੜੀ ਖੁਸ਼ੀ ਦੀ ਗੱਲ ਇਹ ਹੈ ਕਿ ਬੱਚਾ ਕਾਰ ਦੇ ਵਿੱਚ ਠੀਕ ਠਾਕ ਸੀ ਪੁਲਿਸ ਦੱਸਦੀ ਹੈ ਉਹ ਤੋਂ ਬਾਅਦ ਐਮਬਰ ਅਲਰਟ ਜਿਹੜਾ ਸੀ ਉਹ ਕੈਨਸਲ ਕਰ ਦਿੱਤਾ ਗਿਆ ਤੇ ਪਰਿਵਾਰ ਦੀ ਹਾਲਤ ਤੁਸੀਂ ਇਮੇਜਿਨ ਕਰ ਸਕਦੇ ਆ ਕਿ ਕਿਸੇ ਦਾ 1 ਸਾਲ ਦਾ ਬੱਚਾ ਗਵਾਚ ਜਵੇ ਤੇ ਜਦੋਂ ਬਾਰੇ ਪਤਾ ਕੁਛ ਨਾ ਲੱਗੇ ਜਦੋਂ ਉਹ ਵਾਪਸ ਆਇਆ ਤੇ ਘਰ ਵਾਲਿਆਂ ਦੀ ਹਾਲਤ ਕੀ ਹੋਊਗੀ ਬੀਸੀ ਐਮਰਜੈਂਸੀ ਹੈਲਥ ਸਰਵਿਸਿਜ਼ ਨੇ ਉਸ ਬੱਚੇ ਨੂੰ ਚੈੱਕ ਕੀਤਾ ਬੱਚਾ ਠੀਕ ਠਾਕ ਸੀ ਉਹਨੂੰ ਜਿਹੜੀ ਪਰਿਵਾਰ ਵੱਡੇ ਸਦਮੇ ਦੇ ਵਿੱਚ ਆ ਉਹਨਾਂ ਨੂੰ ਵੀ ਜਿਹੜੀ ਵਿਕਟਮ ਸਰਵਿਸਸ ਦੇ ਥਰੂ ਸਪੋਰਟ ਪ੍ਰੋਵਾਈਡ ਕੀਤੀ ਗਈ ਹੈ ਪੁਲਿਸ ਕਹਿੰਦੇ ਕਿ ਜਿਹੜੇ ਆਫੀਸਰ ਆਜੇ ਵੀ ਉਹ ਸਸਪੈਕਟ ਦੇ ਲਈ ਭਾਲ ਕਰ ਰਹਾ ਹੈ ਤੇ ਜੇ ਕਿਸੇ ਨੂੰ ਮਾੜਾ ਮੋਟਾ ਪਤਾ ਹੋਵੇ ਉਸ ਇਲਾਕੇ ਦੇ ਵਿੱਚ ਜਿੱਥੇ ਘਟਨਾ ਵਾਪਰੀ ਹੈ 58 ਐਵੇਨਿਊ ਤੇ 172 ਸਟਰੀਟ ਦੇ ਨੇੜੇ ਤੇੜੇ ਉਹ 604 599 0502 ਦੇ ਉੱਤੇ ਕੰਟੈਕਟ ਕਰੇ ਤੇ ਜੇ ਕੋਈ ਆਪਣਾ ਨਾਂ ਤਾਂ ਨਹੀਂ ਦੱਸਣਾ ਚਾਹੁੰਦਾ ਤਾਂ ਉਹ 1800222 ਟਿਪਸ ਆ ਜਾਂ www.solvecrime.ca ਦੇ ਉੱਤੇ ਜਾ ਕੇ ਵੀ ਦੱਸਿਆ ਜਾ ਸਕਦਾ ਹੁਣ ਗੱਲਬਾਤ ਜਿਹੜੀ ਇਹਦੇ ਤੋਂ ਬਾਅਦ ਇਹ ਬਹੁਤ ਚੰਗੀ ਗੱਲ ਆ ਕਿ ਬੱਚਾ ਮਿਲ ਗਿਆ ਰੌਲਾ ਇਹ ਪੈ ਰਿਹਾ ਕਿ ਇਹ ਮੰਗਲਵਾਰ ਸਵੇਰੇ ਕੀ ਉਹ ਕਲੋਵਰ ਡੇਲ ਦੇ ਵਿੱਚ ਇਸ ਕਾਰ ਦੇ ਤੇ ਕਾਰ ਦੇ ਵਿੱਚ ਬੱਚੇ ਦੇ ਚੋਰੀ ਹੋਣ ਦੇ ਮਾਮਲੇ ਦੇ ਸਬੰਧ ਦੇ ਵਿੱਚ ਐmber ਅਲਰਟ ਜਾਰੀ ਕੀਤਾ ਗਿਆ ਸੀ ਜਾਂ ਨਹੀਂ ਜੇ ਜਾਰੀ ਕੀਤਾ ਗਿਆ ਸੀ ਤਾਂ ਬਹੁਤ ਸਾਰੀਆਂ ਨਿਊਜ਼ ਏਜੰਸੀਜ਼ ਨੂੰ ਨਹੀਂ ਪਹੁੰਚਿਆ ਤੇ ਪਹੁੰਚਿਆ ਕਿਉਂ ਨਹੀਂ ਇਹਦੇ ਵਿੱਚ ਜ਼ਿੰਮੇਵਾਰ ਕੌਣ ਆ ਕੀ ਦੇਰੀ ਹੋਈ ਆ ਕੀ ਇਹਦੇ ਵਿੱਚ RCMP ਦਾ ਕੋਈ ਫਾਲਟ ਸੀਗਾ ਕਿ ਉਹ ਐਮਬਰ ਅਲਰਟ ਨਹੀਂ ਜਾਰੀ ਕਰ ਸਕੇ ਐਮਬਰ ਅਲਰਟ ਜਿਹੜਾ ਦੱਸਿਆ ਜਾ ਰਿਹਾ ਕਿ ਪੁਲਿਸ ਬਹੁਤ ਸਾਰੀਆਂ ਨਿਊਜ਼ ਏਜੰਸੀ ਤੇ ਪੁਲਿਸ ਕਹ ਰਹੀ ਹੈ ਜਾਰੀ ਕੀਤਾ ਸੀ ਪਰ ਜੇ ਜਾਰੀ ਕੀਤਾ ਸੀ ਤੇ ਮਿਲਿਆ ਕਿਉਂ ਨਹੀਂ ਐਮਬਰ ਅਲਰਟ ਦੇ ਵਿੱਚ ਹੁੰਦਾ ਕੀ ਆ ਕਿ ਇਹ ਉਹ ਪ੍ਰੋਗਰਾਮ ਆ ਜਿਹਦੇ ਵਿੱਚ ਰੇਡੀਓ, ਟੈਲੀਵਿਜ਼ਨ ਅਨਾਉਂਸਮੈਂਟ, ਟੈਕਸਟ ਮੈਸੇਜ, ਹਾਈਵੇ ਟ੍ਰਾਂਸ ਮੈਸੇਜ ਜਿਹੜੇ ਬੋਰਡ ਆ ਉਹਨਾਂ ਦੇ ਉੱਤੇ ਅਲਰਟ ਹੋ ਜਾਂਦਾ ਪਬਲਿਕ ਦੇ ਉੱਤੇ, ਤੁਹਾਡੇ ਫੋਨਾਂ ਦੇ ਉੱਤੇ ਸਾਰੇ ਥਾਵਾਂ 'ਤੇ ਆ ਜਾਂਦਾ ਕਿ ਇਦਾਂ ਇਦਾਂ ਕਰਕੇ ਇਸ ਥਾਂ ਦੇ ਤੋਂ ਇੱਕ ਬੱਚਾ ਜਿਹੜਾ ਉਹ ਗੁੰਮ ਹੋ ਗਿਆ ਪਰ ਇਦਾਂ ਦਾ ਕੋਈ ਵੀ ਮੈਸੇਜ, ਕੁਝ ਵੀ ਕਿਸੇ ਰੇਡੀਓ, ਟੀਵੀ ਦੇ ਉੱਤੇ ਉਸ ਤਰੀਕੇ ਦੇ ਨਾਲ ਨਹੀਂ ਦੱਸਿਆ ਗਿਆ। ਜਿਹੜੇ ਬਹੁਤ ਸਾਰੇ ਚੈਨਲ ਪੰਜਾਬੀ ਜਾਂ ਹੋਰ ਜਿਹੜੇ ਨਿਊਜ਼ ਚੈਨਲ ਸੀਗੇ ਉਹਨਾਂ ਨੂੰ ਕੋਈ ਵੀ ਜਿਹੜੀ ਨੋਟੀਫਿਕੇਸ਼ਨ ਜਾਂ ਅਲਰਟ ਦੀ ਨਹੀਂ ਆਈ। ਜੇ ਨਹੀਂ ਆਈ ਤਾਂ ਫਿਰ ਕਿਉਂ ਨਹੀਂ ਆ ਹੁਣ ਇਸ ਮਾਮਲੇ ਦੇ ਵਿੱਚ ਜਿਹੜੀਆਂ ਦੱਸਿਆ ਜਾ ਰਿਹਾ ਕਿ ਪੁਲਿਸ ਨਾਲ ਜਦੋਂ ਸੰਪਰਕ ਕੀਤਾ ਜਾ ਰਿਹਾ ਪੁਲਿਸ ਆਰਸੀਐਮਪੀਏ ਕਹਿ ਰਹੀ ਹੈ ਕਿ ਇਹਦੇ ਕੁਝ ਕੰਡੀਸ਼ਨਸ ਹੁੰਦੀਆਂ ਕੁਝ ਇਹਦਾ ਤਰੀਕਾ ਹੁੰਦਾ ਕਿ ਇਹਨੂੰ ਕਿਸ ਤਰੀਕੇ ਨਾਲ ਜਾਰੀ ਕੀਤਾ ਜਾਂਦਾ ਉਹ ਜਦੋਂ ਸਾਨੂੰ ਕਾਲ ਆਈ ਹੈ ਮਿਸਿੰਗ ਬੇਬੀ ਦੇ ਬਾਰੇ ਉਹਦੇ ਤੋਂ ਬਾਅਦ ਅਸੀਂ ਅਲਰਟ ਕਰਦੇ ਤਾਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਕਿ ਸਿਚੁਏਸ਼ਨ ਉਸ ਐਮਬ੍ਰ ਅਲਰਟ ਨੂੰ ਮੀਟ ਕਰਦੀ ਹੈ ਕਿ ਨਹੀਂ ਕਰਦੀ ਭਾਵੇਂ ਉਹ ਕਹਿੰਦੇ ਪਹਿਲਾਂ ਅਸੀਂ ਇਹ ਦੇਖਦੇ ਹਾਂ ਕਿ ਕੇਸ ਕੀ ਹੈ ਕੇਸਾਂ ਦੇ ਵਿੱਚ ਹੋਇਆ ਕੀ ਹੈ ਕੀ ਸਸਪੈਕਟ ਨਾ ਹੋਣਾ ਜੇ ਇੱਕ ਸਾਲ ਦਾ ਬੱਚਾ ਚੋਰੀ ਹੋ ਗਿਆ ਕਈ ਵਾਰੀ ਘਰਾਂ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਤੇ ਮਾਪਿਆਂ ਦਾ ਰੌਲਾਗੋਲਾ ਹੁੰਦਾ ਕੀ ਉਹ ਮਾਮਲਾ ਤਾਂ ਨਹੀਂ ਉਹ ਕਹਿੰਦੇ ਫਿਰ ਅਸੀਂ ਦੇਖਦੇ ਹਾਂ ਕਿ ਕੋਈ ਫੈਮਿਲੀ ਮੈਂਬਰ ਤਾਂ ਨਹੀਂ ਵਹੀਕਲ ਲੈ ਗਿਆ ਤੁਹਾਡਾ ਜਿਹੜਾ ਤੁਹਾਨੂੰ ਨਹੀਂ ਪਤਾ ਕਿ ਘਰ ਦਾ ਤੁਹਾਡਾ ਲੈ ਗਿਆ ਹੋਵੇ ਤੁਸੀਂ ਘਬਰਾ ਕੇ ਇਹ ਕਹਿ ਦਿੱਤਾ ਫਿਰ ਉਹ ਕਹਿੰਦੇ ਇਹ ਵੀ ਅਸੀਂ ਕਨਫਰਮ ਕਰ ਰਹੇ ਹਾਂ ਕਿ ਸਾਡੇ ਕੋਲ ਲਾਇਸੈਂਸ ਪਲੇਟ ਹੈਗੀ ਆ ਐਕਿਊਰੇਟ ਵਹੀਕਲ ਦੀ ਡਿਸਕ੍ਰਿਪਸ਼ਨ ਹੈਗੀ ਆ ਉਹਦਾ ਮਾਡਲ ਹੈਗਾ ਤੇ ਉਹ ਕਹਿੰਦੇ ਜਦੋਂ ਅਸੀਂ ਇਹ ਸਾਰਾ ਕੁਸ਼ਨ ਨੂੰ ਅਸੈਸਸ ਕੀਤਾ ਤਾਂ ਸਾਨੂੰ ਲੱਗਿਆ ਵੀ ਹਾਂ ਇਹ ਕੇਸ ਦੇ ਵਿੱਚ ਜਿਹੜਾ ਹੈ ਜਿਹੜਾ ਸੀਗਾ ਇਹਦੇ ਚੈਂਬਰ ਅਲਰਟ ਜਾਰੀ ਕੀਤਾ ਜਾਣਾ ਚਾਹੀਦਾ ਇਹ ਉਸ ਥ੍ਰੈਸ਼ਹੋਲਡ ਨੂੰ ਮੀਟ ਕਰਦਾ ਇਹ ਕੰਡੀਸ਼ਨ ਉਸ ਤਰ੍ਹਾਂ ਦੀ ਹੈਗੀ ਹੈ ਤੇ ਉਹ ਕਹਿੰਦੇ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਦੂਜੇ ਮੀਡੀਆ ਦੇ ਨੋਟੀਫਿਕੇਸ਼ਨ ਇੱਕੋ ਵੇਲੇ ਕਰਨਾ ਹੁੰਦਾ ਤੇ ਅਸੀਂ ਇਹ ਕੀਤਾ ਪਰ ਉਹ ਕਹਿੰਦੇ ਜਦੋਂ ਹੀ ਅਸੀਂ ਇਹ ਸਾਰਾ ਕੁਝ ਕਰਨਾ ਸੀ ਅਸੀਂ ਮਤਲਬ ਗੋ ਕਰਨਾ ਸੀ ਉਹਦੇ ਉੱਤੇ ਤਾਂ ਉਸੇ ਵੇਲੇ ਸਾਡੇ ਕੋਲੇ ਜਿਹੜੀ ਐਗਜ਼ੈਕਟ ਮੂਮੈਂਟ ਦੇ ਉੱਤੇ ਇਨਫਰਮੇਸ਼ਨ ਆ ਜਾਂਦੀ ਹੈ ਜਾਂ ਨੋਟੀਫਿਕੇਸ਼ਨ ਆ ਜਾਂਦੀ ਹੈ ਕਿ ਬੇਬੀ ਜਿਹੜਾ ਉਹ ਉਹਨੂੰ ਲੱਭ ਲਿਆ ਗਿਆ ਸੋ ਉਹ ਕਹਿੰਦੇ ਇਸ ਮਾਮਲੇ ਦੇ ਵਿੱਚ ਜਿਹੜਾ ਅਸੀਂ ਜਿਹੜੀਆਂ 50% ਸਾਡੇ ਨੋਟੀਫਿਕੇਸ਼ਨ ਸੀ ਉਹ ਜਾ ਚੁੱਕੇ ਅਸੀਂ ਬਾਕੀਆਂ ਨੂੰ ਅਸੀਂ ਰੋਕ ਲਿਆ ਕਿ ਉਹ ਜਿਹੜੇ ਨੋਟੀਫਿਕੇਸ਼ਨਸ ਆ ਲੋਕਾਂ ਨੂੰ ਨਾ ਜਾਵੇ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕੀ ਇੱਕ ਘੰਟੇ ਦੇ ਲਗਭਗ ਬੱਚਾ ਗੁੰਮ ਗਿਆ ਉਸ ਇੱਕ ਘੰਟੇ ਦੇ ਵਿੱਚ ਆਰਸੀਐਮਪੀ ਜਾਂ ਬਾਕੀ ਜਿਹੜੇ ਜਿਹੜਾ ਵੀ ਉਹਨਾਂ ਦਾ ਪ੍ਰਬੰਧ ਸੀਗਾ ਉਹ ਇਸ ਗੱਲ ਨੂੰ ਹੀ ਪੂਰਾ ਕਰ ਸਕਿਆ ਕੀ ਇਹ ਸਮਾਂ ਘਟਾਇਆ ਨਹੀਂ ਜਾ ਸਕਦਾ ਕੀ ਇਹਦੇ ਵਿੱਚ ਕੋਈ ਨੁਕਸ ਸੀਗਾ ਕੀ ਇਹਦੇ ਵਿੱਚ ਕੋਈ ਡਿਲੇ ਸੀਗਾ ਇਹ ਐਕਸਰਸਾਈਜ਼ ਕਦੋਂ ਕੀਤੀ ਜਾਣੀ ਚਾਹੀਦੀ ਹੈ ਇਹ ਅਲਰਟ ਕਦੋਂ ਮਿਲਣਾ ਚਾਹੀਦਾ ਸੀ ਇਹ ਵੈਬਸਾਈਟ ਦੇ ਉੱਤੇ ਸ਼ੋਅ ਕਿਉਂ ਨਹੀਂ ਹੋਇਆ ਸੋਸ਼ਲ ਮੀਡੀਆ ਦੇ ਉੱਤੇ ਅਲਰਟ ਸ਼ੋਅ ਕਿਉਂ ਨਹੀਂ ਹੋਇਆ ਸੋ ਕੀ ਇਹਦੇ ਵਿੱਚ ਕਿੱਥੇ ਗੜਬੜ ਹੋਈ ਹੈ ਕੀ ਕੋਈ ਬਿਊਰੋਕਰੈਟਿਕ ਆਬਸਟੈਕਲਸ ਹੈਗਾ ਕੀ ਇਹ ਸਿਸਟਮ ਬਹੁਤ ਕੰਪਲਿਕੇਟਡ ਹੈ ਇਹਨੂੰ ਠੀਕ ਠਾਕ ਕਰਨ ਦੀ ਲੋੜ ਸੋ ਇਸ ਮਾਮਲੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੀ ਆਰਸੀਐਮਪੀ ਹੈ ਉਹ ਕਹਿ ਰਹੀ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ ਉਹਨਾਂ ਨੂੰ ਜਿਹੜੇ ਲੋਕ ਸੀ ਉਹਨਾਂ ਨੂੰ ਫੋਨ ਦੇ ਉੱਤੇ ਜਾਂ ਤੁਹਾਨੂੰ ਮੈਸੇਜ ਦੇ ਉੱਤੇ ਇਹ ਚੀਜ਼ ਨਹੀਂ ਮਿਲੀ ਕਿਉਂਕਿ ਇਹਦੀ ਲੋੜ ਨਹੀਂ ਸੀ ਜਦੋਂ ਤੱਕ ਸਾਰਾ ਕੁਝ ਹੋਣਾ ਸੀ ਬੱਚਾ ਮਿਲ ਗਿਆ ਸੀ ਪਰ ਫਿਰ ਵੀ ਇਸ ਗੱਲਬਾਤ ਦੇ ਉੱਤੇ ਇਸ ਵੇਲੇ ਚਰਚਾ ਚੱਲ ਰਹੀ ਹੈ ਕਿ ਕੀ ਇਹ ਪ੍ਰੋਸੈਸ ਨੂੰ ਤੇਜ਼ ਨਹੀਂ ਕੀਤਾ ਜਾ ਸਕਦਾ ਸੀ ਕੀ 1 ਘੰਟਾ ਬਹੁਤ ਜ਼ਿਆਦਾ ਨਹੀਂ ਹੈ ਕਿ ਜਦੋਂ ਤੱਕ ਪੁਲਿਸ ਉਸ ਸਾਰੀ ਚੀਜ਼ ਨੂੰ ਅਸੈਸ ਕਰਦੀ ਹੈ ਕਿ ਇਹ ਉਸ ਉਸ ਥ੍ਰੈਸ਼ੋਲਡ ਨੂੰ ਮੀਟ ਕਰਦਾ ਹੈ ਕੇਸ ਜਾਂ ਨਹੀਂ ਪਰ ਫਿਰ ਵੀ ਇਹ ਸਾਰੀ ਚਰਚਾ ਇਹਦੇ ਬਾਵਜੂਦ ਇਹ ਘਟਨਾ ਬਹੁਤ ਦਿਲ ਦਹਿਲਾ ਦੇਣ ਵਾਲੀ ਹੈ ਬੱਚੇ ਦਾ ਇਸ ਤਰ੍ਹਾਂ ਜਿਹੜਾ ਗੁੰਮ ਹੋ ਜਾਣਾ ਔਰ ਥੋੜੇ ਦਿਨ ਪਹਿਲਾਂ ਇੱਕ ਹੋਰ ਘਟਨਾ ਜਿਹੜੀ ਵਾਪਰੀ ਸੀ ਵੈਂਕੂਵਰ ਦੇ ਵਿੱਚ ਉੱਥੇ ਕਾਰ ਦੇ ਵਿੱਚ ਇੱਕ ਬੱਚਾ ਕਾਰ ਸੀਟ ਦੇ ਵਿੱਚ ਤੇ ਉਹਦੀ ਮਾਂ ਦੋਵੇਂ ਜਣੇ ਅਨਲੌਕ ਕਰਕੇ ਕਾਰ ਨੂੰ ਕਾਰ ਦੇ ਵਿੱਚ ਸੁੱਤੇ ਪਏ ਸੀ ਇਦਾਂ ਕਹਿ ਲਓ ਕਿ ਸਾਇੰਸ ਵਰਲਡ ਦੇ ਬਾਹਰ ਨੈਪ ਲੈ ਰਹੇ ਸੀ ਤੇ ਇਹਨੇ ਨੂੰ ਇੱਕ ਵਿਅਕਤੀ ਨੇ ਦੇਖਿਆ ਵੀ ਕਾਰ ਚੱਲਦੀ ਆ ਤੇ ਉਹ ਬਿਨਾਂ ਦੇਖਿਆਂ ਵੀ ਔਰਤ ਪਹਿਲਾਂ ਹੀ ਕਾਰ ਦੇ ਵਿੱਚ ਆ ਉਹ ਸੀਟ ਦੇ ਉੱਤੇ ਬੱਚੇ ਦੇ ਨਾਲ ਬੈਠੀ ਆ ਉਹਨੇ ਕਾਰ ਨੂੰ ਦਰਾਉਣ ਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਦੇਖਿਆ ਕਿ ਕਾਰ ਦੇ ਵਿੱਚ ਔਰਤ ਆ ਤਾਂ ਉਹ ਚੋਰ ਉਹਨੂੰ ਦੇਖ ਕੇ ਦੌੜ ਗਿਆ ਪਰ ਕੋਈ ਵੀ ਫਿਜ਼ੀਕਲ ਇੰਜਰੀ ਉਹਨਾਂ ਨੂੰ ਨਹੀਂ ਹੋਈ ਸੋ ਇਹ ਦੋ ਘਟਨਾਵਾਂ ਕਿ ਚੱਲਦੀ ਕਾਰ ਦੇ ਵਿੱਚ ਬੱਚੇ ਦੇ ਸਮੇਤ ਕਾਰ ਨੂੰ ਲੈ ਜਾਣਾ ਤੇ ਦੂਜੀ ਦੇ ਵਿੱਚ ਔਰਤ ਮਾਂ ਤੇ ਬੱਚਾ ਦੋਵਾਂ ਦੇ ਨੂੰ ਕਾਰ ਨੂੰ ਲੈ ਜਾਣ ਦੀ ਕੋਸ਼ਿਸ਼ ਕਰਨੀ ਸੱਚਮੁੱਚ ਚਿੰਤਾ ਦਾ ਕਾਰਨ ਜ਼ਰੂਰ ਬਣਦੀਆਂ ਹਨ ਸੋ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਮਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ